ਸਾਡਾ ਭਰਾ ਵਾ ਰਣਵੀਰ ਸਿੰਘ ਸਰਪੰਚ, ਸਾਨੂੰ 7:30 ਵਜੇ ਦੇ ਮੌਕੇ ਪਤਾ ਲੱਗਾ ਅਤੇ ਅਸੀਂ ਆਏ ਹਾਂ। ਉਹ ਸਾਡੇ ਉਹਨਾਂ ਨੂੰ ਮਤਲਬ ਇੱਕ ਨਹਿਰ ਦੇ ਵਿੱਚ ਨਹਾਉਣ ਲੱਗੇ ਸੀ, ਨਹਾਉਂਦਾ ਨਹਾਉਂਦਾ ਮਤਲਬ ਇੱਕ ਆਪ ਦੂਜਾ ਜਿਹੜਾ ਬਚਾਉਣ ਲੱਗਾ, ਇਹ ਰੋੜੇ ਪੈ ਗਿਆ, ਦੂਜੇ ਨੇ ਛਾਲ ਮਾਰੀ ਮੱਖਣ ਸਿੰਘ ਨੇ, ਉਹ ਵੀ ਰੋੜੇ ਪੈ ਗਿਆ, ਤੀਜਾ ਕਰਤਾਰ ਸਿੰਘ ਨੇ ਛਾਲ ਮਾਰੀ ਹੋਰ ਵੀ ਵਿੱਚ ਰੁੜ ਗਿਆ, ਚੌਥੇ ਦੇ ਵਿੱਚ ਛਾਲ ਮਾਰੀ, ਮੁੜ ਕੇ ਉਹਨਾਂ ਨੂੰ ਮਤਲਬ ਬਚਾਇਆ ਗਿਆ ਜੇ ਪੱਗ ਸੁੱਟ ਗਈ। ਅਤੇ ਸਾਡੀ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਜੀ, ਅੰਮ੍ਰਿਤਸਰ ਐਸਡੀਓ ਸਾਹਿਬ ਨੂੰ ਰਿਕੁਐਸਟ ਕੀਤੀ, ਰਿਕੁਐਸਟ ਕਰਨ ਦੇ ਬਾਵਜੂਦ ਉਹਨਾਂ ਨੇ ਪਾਣੀ ਦਾ ਵਾਅ ਥੋੜ੍ਹਾ ਜਿਹਾ ਘਟਾ ਦਿੱਤਾ ਗਿਆ ਜੀ। ਹੁਣ ਸਾਰੇ ਅਸੀਂ ਇਲਾਕਾ ਨਿਵਾਸੀ ਪਿੰਡ ਭਾਰਤਵਾਲ ਦੇ ਸਾਰੇ ਅਸੀਂ ਮਤਲਬ ਦੇਖਭਾਲ ਕਰ ਰਹੇ, ਪਰ ਪ੍ਰਸ਼ਾਸਨ ਵੀ ਸਾਡੇ ਨਾਲ ਆਇਆ ਹੋਇਆ। ਇਹ ਨਹਿਰ ਪੱਕੀ ਕਾਰਨ ਜਿਹੜਾ ਸਾਡੇ ਪਿੰਡ ਦੇ 3 ਨੌਜਵਾਨ ਜੋ ਨਹਿਰ ਵਿੱਚ ਰੁੜ ਗਏ, ਉਹਨਾਂ 'ਚੋਂ ਕਰਤਾਰ ਸਿੰਘ, ਸਨ ਆਫ ਭਜਨ ਸਿੰਘ ਅਤੇ ਮੱਖਣ ਸਿੰਘ, ਇਹਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ, ਜੋ ਕਿ ਸਾਡੇ ਪਿੰਡ ਦੇ ਬਹੁਤ ਹੀ ਹਰਮਨ ਪਿਆਰੇ ਸਰਪੰਚ ਆਪਣਾ ਰਣਵੀਰ ਸਿੰਘ, ਉਹਨਾਂ ਦੀ ਲਾਸ਼ ਅਜੇ ਤੱਕ ਨਹੀਂ ਮਿਲੀ। ਪਿੰਡ ਦੇ ਲੋਕਾਂ ਨੇ ਮਿਹਨਤ ਕਰਕੇ ਅਤੇ ਇਹ ਜਿਹੜੀਆਂ ਲਾਸ਼ਾਂ ਬਰਾਮਦ ਕਰਨੀਆਂ, ਜਿਹੜੀ ਇੱਕ ਲਾਸ਼ ਆ ਉਹਦੇ ਵਾਸਤੇ ਗੋਤਾਖੋਰ ਮੰਗਾਏ ਗਏ ਆ, ਆਸ ਹੈ ਕਿ ਸਾਨੂੰ ਕੋਈ ਟਾਈਮ ਵਿੱਚ ਉਹ ਵੀ ਮਿਲ ਜੂਗੀ। ਹਾਂਜੀ, ਕੀ ਜਿਹੜੀ ਆ ਵਾਰਦਾਤ ਹੋਈ ਆ, ਕਿਸ ਤਰ੍ਹਾਂ ਜਿਹੜੇ ਨਹਿਰ ਦੇ ਵਿੱਚ ਜਿਹੜੀ ਆ ਤੁਹਾਡੀ? ਇਹ ਜੀ ਇੱਥੇ ਪਿੰਡ ਹੈਗਾ ਭਰਤਵਾਲ, ਤਲਵੰਡੀ ਭਰਤਵਾਲ, ਰਣਜੀਤ ਸਿੰਘ ਔਰ ਪੁਰਾਣਾ ਸਰਪੰਚ ਹੈਗਾ ਇਹ ਆਪਣੇ, ਅਤੇ ਇਹ ਆਪਣੇ ਖੇਤਾਂ ਦੇ ਵਿੱਚ ਖਾਦ ਪਾਉਣ ਵਾਸਤੇ ਇਹਨਾਂ ਦੇ ਨਾਲ ਆਪਣੇ ਬੰਦੇ ਲੈ ਕੇ, ਕਰਤਾਰ ਸਿੰਘ, ਮੱਖਣ ਸਿੰਘ, ਹਰਜੋਤ ਸਿੰਘ ਨੂੰ ਨਾਲ ਲੈ ਕੇ ਆਪਣੇ ਖੇਤਾਂ ਦੇ ਜਿਹੜਾ ਖਾਦ ਪਾ ਰਿਹਾ ਸੀ। ਕਰੀਬ 7 ਵਜੇ ਨਾਲ ਸਰਪੰਚ ਨੇ ਮੁੜ ਕੇ ਬਾਅਦ ਦੇ ਵਿੱਚ ਉਹ ਨਹਿਰ ਦੇ ਵਿੱਚ ਨਹਾਉਣ ਵਾਸਤੇ ਆਇਆ, ਉਹ ਜਦੋਂ ਪੌੜੀਆਂ ਤੋਂ ਥਾਂ ਉਤਰਿਆ ਉਹਦਾ ਪੈਰ ਸਲਿੱਪ ਹੋਣ ਕਰਕੇ ਉਹ ਜਿਹੜਾ ਨਹਿਰ ਦੇ ਵਿੱਚ ਰੁੜ ਗਿਆ। ਉੱਥੇ ਖਲੋਤੇ ਸਰਜੋਤ ਨੇ, ਜਦੋਂ ਸਰਜੋਤ ਨੇ ਆਵਾਜ਼ਾਂ ਮਾਰੀਆਂ ਨੂੰ, ਕਹਿੰਦੇ ਵੀ ਸਰਪੰਚ ਰੁੜ ਗਿਆ, ਸਰਪੰਚ ਰੁੜ ਗਿਆ। ਉੱਥੇ ਕਰਤਾਰ ਅਤੇ ਮੱਖਣ ਜਿਹਦੇ ਨਾਲ ਖਾਦ ਪਾਉਂਦੇ ਸੀ ਉਹ ਵੀ ਭੱਜ ਕੇ ਉੱਥੋਂ ਆ ਗਏ। ਜਦੋਂ ਉਹਨਾਂ ਨੇ ਆ ਕੇ ਵੇਖਿਆ ਸਰਪੰਚ ਰੁੜਨ ਡਿਆ, ਉਹਨਾਂ ਨੇ ਨਹਿਰ 'ਚ ਛਾਲਾਂ ਮਾਰੀਆਂ, ਤੋ ਤਿੰਨੇ ਉਹ ਮੁੜ ਕੇ ਉਸ ਤੋਂ ਬਾਅਦ ਉਹ ਵੀ ਉੱਪਰ ਨਹੀਂ ਆਏ। ਅਤੇ ਸਰਜੋਤ ਨੇ ਵੀ ਕੋਸ਼ਿਸ਼ ਕੀਤੀ ਉਹਨੂੰ ਸਰਪੰਚ ਨੂੰ ਖਿੱਚਣ ਦੀ, ਪਰ ਉਹ ਨਹੀਂ ਆਏ ਤਿੰਨੇ। ਅੱਜ ਪਿੰਡ ਦੇ ਵਿੱਚ ਫਿਰ ਨਹਿਰ ਵਿਭਾਗ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਅਫਸਰਾਂ ਨਾਲ ਜਿਹੜਾ ਪਾਣੀ ਘੱਟ ਕਰਵਾਇਆ ਗਿਆ ਆ, ਅਤੇ ਗੋਤਾਖੋਰ ਲਿਆ ਕੇ ਅਤੇ ਪਿੰਡ ਦੇ ਜਿਹੜੇ ਹੈਗੇ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਨਹਿਰ ਦੇ ਵਿੱਚ ਤਰੀਕੇ ਦੇ ਨਾਲ ਕਰਕੇ 2 ਡੈੱਡ ਬੋਡੀ ਸਾਨੂੰ ਜਿਹੜੀਆਂ ਹੁਣ ਤੱਕ ਜਿਹੜੀਆਂ ਕਵਰ ਹੋ ਚੁੱਕੀਆਂ, ਕਰਤਾਰ ਸਿੰਘ ਅਤੇ ਮੱਖਣ ਸਿੰਘ ਦੀ ਜਿਹੜੀ ਡੈੱਡ ਬੋਡੀ ਜਿਹੜੀ ਸਾਨੂੰ ਮਿਲ ਚੁੱਕੀ ਆ, ਅਜੇ ਰਣਵੀਰ ਸਿੰਘ ਸਰਪੰਚ ਦੀ ਜਿਹੜੀ ਡੈੱਡ ਬੋਡੀ ਉਹ ਨਹੀਂ ਲੱਭ ਰਹੀ। ਉਹਦੇ ਵਾਸਤੇ ਵੀ ਜਿਹੜੇ ਗੋਤਾਖੋਰ ਜਿਹੜੇ ਲੱਗੇ ਆ ਅਤੇ ਉਸ ਦੇ ਮੁਤਾਬਕ ਜਿਹੜੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।